अज तुहानूं एक अजिहा घर विखाण लगे हैं जिस दे विच कोई इट्टां दी जिहड़ी वरतों नहीं कीती गई है, ना ही कोई जे आपां जे आम घर जिहड़ा बनाउंदे आ जिहड़ियां चीज़ां उत्थे वरतों कीती जांदी है उहनां चीज़ां दी वरतों नहीं कीती गई है, लेकिन बेहद मजबूती दे नाल बनिया होया है। किसी भी तरह का कोई असर नहीं हो सकता। गर्मी की जो गल करिए गर्मी का भी असर ये नहीं हो सकता। सर्दी की गल करिए सर्दी के भी ये जी कोठी हैगी अंदरों पूरी तरह गर्म ही रहेगी। मजबूती यदि इस तरह जी भी जे तो इटा की मान लो 10 साल है यदि 100 साल मतलब इटा की वरतों नहीं ये हैगी जी बिल्कुल भी एक भी नहीं इट लगी इटा नहीं लगियां बाकी सोरा नहीं निकलता जी चो जिथे मेन समस्या तो शोरे की हैगी कि उहदे करके जिहड़ा बड़ा रंग नहीं सही लैंदा जी ते बाकी घट्टो घट 10-10 जने रोज वेखण आउंदे आ। ये है वीर जी ते जिहड़ा 3 फुट परड़ा है इन्ना ही अंदर नूं है इन्ना ही बाहर नूं आ गया है 6 इंच। अच्छा अंदर भी उन्ना ही है? अंदर भी उन्ना ही है जी। थले कागज पाया वे ਵਿਸਲਾਵਣਾ ਇੱਥੋਂ 7 ਫੁੱਟ ਭਰਤ ਪਾ ਕੇ ਇੱਥੋਂ ਉੱਪਰੋਂ ਚੱਕਿਆ ਇਹ ਨਹੀਂ 3 ਲੱਖ ਰੁਪਇਆ ਘੱਟੋ ਘੱਟ ਥੱਲੇ ਭਰਤ ਦੇ ਵਿੱਚ ਠੀਕ ਹੈ ਜਿਹੜਾ ਵੇਸਟ ਜਾਣਾ ਸੀਗਾ ਉਹ ਨਹੀਂ ਜਾਂਦਾ ਇਹਦੇ 'ਚ। ਅੱਛਾ ਨੀਂਹ ਜਿਹੜੀ ਆਪਾਂ ਪੜ੍ਹਦੇ ਹੁੰਦੇ ਕਿ 7-8 ਫੁੱਟ ਜਿਹੜੀ ਆ ਉਹ ਨਹੀਂ ਤੁਸੀਂ ਕੀਤੀ? ਨਹੀਂ ਜੀ ਉਹ ਨਹੀਂ ਇਹ ਸਾਰੇ ਉੱਪਰੋਂ ਚੱਕਿਆ ਜੀ ਭਰਤ ਦੇ ਉੱਪਰੋਂ। ਸਾਡੇ ਤਾਂ ਇੱਥੇ ਪਿੰਡ 'ਚ ਕਈ ਇਸ ਤਰ੍ਹਾਂ ਖਰਚਾ ਬਹੁਤ ਆ ਗਊ ਪਰ ਮੈਨੂੰ ਪਤਾ ਵੀ ਖਰਚਾ ਸੇਮ ਇੱਟਾਂ ਜਿੰਨਾ ਹੀ ਆਉਂਦਾ ਹੈ। ਇੱਟ ਮਹਿੰਗੀ ਬਹੁਤ ਹੈ। ਇੱਟ 9 ਇੰਚੀ ਕੰਧ ਕੱਢਾਂਗੇ ਤਾਂ ਵੀ ਇਹਦੇ ਜਿੰਨੀ ਮਜ਼ਬੂਤ ਨਹੀਂ ਹੁੰਦੀ। ਇਹ 5 ਇੰਚੀ ਹੈ ਜੀ। ਆਪਣਾ ਲਾਈਟਰ ਹੈ ਜੀ। ਲਾਈਟਰ ਨੂੰ ਕਿੰਨਾ ਭੰਨੀਜੋ ਨਹੀਂ ਟੁੱਟਦਾ। ਕੱਸੀ ਦਾ ਪੌਲਾ ਉਹਨੂੰ ਕਿੰਨਾ ਭੰਨੀਜੋ। ਖੰਭਾ ਹੈ ਜੀ। ਖੰਭੇ 'ਚ ਟਰਾਲੀਆਂ ਹੀ ਵੱਜਦੀਆਂ ਤਾਂ ਵੀ ਨਹੀਂ ਟੁੱਟਦਾ। ਇਹ ਖੰਭੇ ਦੀ ਤਰ੍ਹਾਂ ਬਣ ਗਈ ਜੀ। ਜਿਵੇਂ ਆਪਣੇ ਖੰਭੇ ਨਹੀਂ ਖੜ੍ਹੇ ਜੀ 100-100 ਸਾਲ ਦੇ ਉਹ ਚੀਜ਼ ਇਹ ਬਣ ਗਈ। ਫਿਰ ਤਾਂ ਪਲਸਤਰ ਤਾਂ ਨਹੀਂ? ਪਲਸਤਰ ਨਹੀਂ ਹੋਣਾ ਜੀ। ਪਲਸਤਰ ਦੀ ਕੋਈ ਲੋੜ ਨਹੀਂ। ਅੱਛਾ ਫਿਰ ਉਹ ਖਰਚਾ ਵੀ ਬਚੂਗਾ? ਹਾਂਜੀ ਹਾਂਜੀ। ਤੁਹਾਨੂੰ ਗੱਲ ਵੀ ਕਰਾਵਾਂਗੇ। ਅਸੀਂ ਅੱਜ ਪਹੁੰਚੇ ਹਾਂ ਜੀ ਜ਼ਿਲ੍ਹਾ ਮੁਕਤਸਰ ਦੇ ਪਿੰਡ ਅਬਲੂ ਕੋਟਲੀ। ਸੁਖਦੇਵ ਸਿੰਘ ਬਰਾੜ ਜੋ ਘਰ ਬਣਾ ਰਹੇ ਹੈ ਉਹਨਾਂ ਨਾਲ ਗੱਲ ਕਰਾਵਾਂਗੇ ਤੁਹਾਡੀ। ਕੀ ਮਟੀਰੀਅਲ ਉਹਨਾਂ ਨੇ ਇਹਦੇ ਵਿੱਚ ਯੂਜ਼ ਕੀਤਾ ਹੈਗਾ, ਮਜ਼ਬੂਤੀ ਕਿਸ ਤਰ੍ਹਾਂ ਦੀ ਹੈ? ਕਿਹਾ ਜਾਂਦਾ ਕਿ ਹਰੇਕ ਵਿਅਕਤੀ ਦਾ ਜਿਹੜੀ ਇੱਕ ਇੱਛਾ ਹੁੰਦੀ ਹੈ ਕਿ ਉਹ ਇੱਕ ਘਰ ਬਣਾਵੇ, ਛੋਟਾ ਹੋਵੇ ਜਾਂ ਵੱਡਾ ਹੋਵੇ, ਇਹ ਵੱਖ ਵੱਖ ਹੋ ਸਕਦੇ ਨੇ, ਲੇਕਿਨ ਉਹਨਾਂ ਦੇ ਘਰ ਦੇ ਉੱਪਰ ਜਿਹੜੀ ਛੱਤ ਹੋਵੇ ਉਹ ਬੇਹੱਦ ਮਜ਼ਬੂਤ ਹੋਣੀ ਚਾਹੀਦੀ ਹੈ। ਅਤੇ ਮਜ਼ਬੂਤੀ ਦੀ ਜੇਕਰ ਗੱਲ ਕਰਾਂਗੇ ਤਾਂ ਉਹੀ ਮਜ਼ਬੂਤੀ ਤੁਹਾਨੂੰ ਅੱਜ ਦਿਖਾਵਾਂਗੇ ਕਿ ਮਜ਼ਬੂਤੀ ਕਿੰਨੀ ਹੈ। ਕਿਹਾ ਜਾਂਦਾ ਹੈ ਕਿ ਇਹ ਜੋ ਮਕਾਨ ਜਿਹੜਾ ਘਰ ਜਿਹੜੀ ਕੋਠੀ ਬਣਾਈ ਜਾ ਰਹੀ ਹੈ ਇਹਦੇ ਉੱਤੇ ਕਿਸੇ ਵੀ ਚੀਜ਼ ਦਾ ਕੋਈ ਅਸਰ ਨਹੀਂ ਹੋ ਸਕਦਾ। ਵੱਡੀ ਗੱਲ ਕਰੀਏ ਕਿ ਅੱਜ ਕੱਲ੍ਹ ਦੀ ਜਿਹੜੀ ਸਮੱਸਿਆ ਹੈਗੀ ਉਹ ਛੋਰੇ ਦੀ ਹੈਗੀ। ਛੋਰਾ ਜਿਹੜਾ ਹੈਗਾ ਅਕਸਰ ਹੀ ਕਰੋੜਾਂ ਰੁਪਏ ਲਾਉਣ ਤੋਂ ਬਾਅਦ ਵੀ ਜਿਹੜਾ ਹੈਗਾ ਕੋਠੀ ਨੂੰ ਜਿਹੜਾ ਹੈਗਾ ਇੱਕ ਬਦਰੰਗ ਕਰ ਦਿੰਦਾ ਹੈਗਾ, ਬੇਕਾਰ ਕਰ ਦਿੰਦਾ ਹੈ। ਲੇਕਿਨ ਜੋ ਤੁਸੀਂ ਮੇਰੇ ਪਿੱਛੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਹਾਂ, ਤੁਸੀਂ ਇਹ ਹਜੇ ਕੰਸਟਰਕਟਿਡ ਹੈ ਜੀ, ਇਹ ਚੱਲ ਰਿਹਾ ਹੈਗਾ ਕੰਮ ਇਹਦਾ ਪੂਰਾ। ਕੋਠੀ ਦੇਖੋ ਤੁਸੀਂ, ਵੇਖਣ ਨੂੰ ਆਮ ਲੱਗੇਗੀ ਲੇਕਿਨ ਇਹਦੇ ਵਿੱਚ ਜਿਹੜੀਆਂ ਖੂਬੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਹੈਗਾ। ਖੂਬੀਆਂ ਕਿਸ ਤਰ੍ਹਾਂ ਦੀ ਹੈ ਤੁਹਾਨੂੰ ਉਹ ਵੀ ਦੱਸਾਂਗੇ। ਸੁਖਦੇਵ ਸਿੰਘ ਬਰਾੜ, ਸੋਂਦਿਆਂ ਵਾਲੀ ਢਾਣੀ ਜਿਹੜੀ ਹੈਗੀ ਇਹਨਾਂ ਦੀ, ਇਹਨਾਂ ਦੇ ਨਾਲ ਗੱਲ ਕਰਾਂਗੇ। ਬੇਸਿਕ ਕੰਮ ਜਿਹੜਾ ਹੈਗਾ ਪ੍ਰੋਪਰਟੀ ਡੀਲਰ ਦਾ ਕਰਦੇ ਆ, ਲੇਕਿਨ ਇਹਨਾਂ ਦੀ ਬੜੀ ਰੀਝ ਸੀਗੀ ਕਿ ਜਿਹੜੀ ਇੱਕ ਕੋਠੀ ਇਸ ਤਰ੍ਹਾਂ ਦੀ ਬਣਾਈ ਜਾਵੇ ਜੋ ਸਾਰਿਆਂ ਤੋਂ ਵੱਖਰੀ ਹੋਵੇ। ਤੇ ਬਿਲਕੁਲ ਉਹਨਾਂ ਨੇ ਇਹੀ ਵੱਖਰੀ ਜਿਹੜੀ ਹੈ ਕੋਠੀ ਬਣਾਈ ਹੈਗੀ ਜਿਹਦੇ ਉੱਪਰ ਦੱਸਿਆ ਜਾਂਦਾ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਸਕਦਾ। ਗਰਮੀ ਦੀ ਜੇ ਗੱਲ ਕਰੀਏ ਤਾਂ ਗਰਮੀ ਦਾ ਵੀ ਅਸਰ ਇਹਦੇ ਵਿੱਚ ਨਹੀਂ ਹੋ ਸਕਦਾ। ਸਰਦੀ ਦੀ ਗੱਲ ਕਰੀਏ ਤਾਂ ਸਰਦੀ ਦੇ ਵਿੱਚ ਵੀ ਇਹ ਜਿਹੜੀ ਕੋਠੀ ਹੈਗੀ ਅੰਦਰੋਂ ਪੂਰੀ ਤਰ੍ਹਾਂ ਗਰਮ ਹੀ ਰਹੇਗੀ। ਤੇ ਆਓ ਆਪਾਂ ਥੋੜਾ ਚੱਲ ਕੇ ਸਾਨੂੰ ਦੱਸੋ ਵੀ ਕੀ ਹੈ ਕਿ ਆਪਾਂ ਇੱਥੋਂ ਤਾਂ ਚਲੋ ਆਪਾਂ ਇੱਥੇ ਸਟਾਰਟਿੰਗ ਜਿਹੜੀ ਹੈਗੀ ਐਂਟਰੀ ਇੱਥੇ ਹੈਗੀ ਆ ਵਾਲੀ ਹੈ। ਇਹ ਐਂਟਰੀ ਆ ਜੀ, ਇੱਥੇ ਐਂਟਰੀ ਆ ਗਈ। ਇਹਦੀ ਜਿਹੜੀ ਥੱਲੇ ਆ ਜੀ, ਥੱਲੇ 3 ਫੁੱਟ ਚੌੜਾ, ਠੀਕ ਹੈ, 6 ਇੰਚ ਉੱਪਰ ਉੱਚਾ ਸਰੀਆ ਪਾ ਕੇ ਬੀਮ ਪਾਇਆ ਹੋਇਆ, ਜਿਵੇਂ ਆਪਣੇ ਮੰਨ ਲਓ ਪੁਲ ਬਣਾਉਣੇ, ਕਸੀ ਦਾ ਪੁਲ ਬਣਾਉਣੇ, ਉਸ ਤਰ੍ਹਾਂ ਉਹਦੇ ਵਿੱਚੋਂ ਹੀ ਸਰੀਆ ਖੜਾ ਕੀਤਾ ਹੈ। 3 ਸੂਤ, 2.5 ਸੂਤ ਟੇਢਾ, 9 ਇੰਚ ਦੇ ਡੱਬੇ ਬਣੇ ਹੋਏ ਹੈ। ਉਹਦੇ ਨਾਲ ਹੀ ਪਾਈਪਾਂ, ਪਾਣੀ ਵਾਲੀਆਂ ਪਾਈਪਾਂ, ਸੀਵਰ ਦੀਆਂ ਪਾਈਪਾਂ, ਜੋ ਵੀ ਪਾਈਪਾਂ ਪੈਣੀਆਂ ਹੈ, ਸੋਲਰ ਦੀਆਂ ਪਾਈਪਾਂ, ਸਾਰੀਆਂ ਪਾਈਪਾਂ ਇਹਦੇ ਵਿੱਚ ਪਾ ਦਿੰਦਾ ਜੀ। ਮਜ਼ਬੂਤੀ ਇਹਦੀ ਇੰਨੀ ਹੈ ਜੀ ਕਿਉਂਕਿ ਬੱਜਰੀ ਹੈ, ਬੱਜਰੀ ਸਮੈਂਟ ਸਰੀਆ ਅਤੇ ਵਧੀਆ ਸਮੈਂਟ ਵਰਤਿਆ ਆਪਾਂ, ਅਲਟਰਾਟੈਕ ਦਾ 43 ਗ੍ਰੇਡ। ਮਜ਼ਬੂਤੀ ਇਹਦੀ ਇਸ ਤਰ੍ਹਾਂ ਜੀ ਵੀ ਜੇ ਤਾਂ ਇੱਟਾਂ ਦੀ ਮੰਨ ਲਓ 10 ਸਾਲ ਹੈ, ਇਹਦੀ 100 ਸਾਲ ਮਤਲਬ ਇੱਟਾਂ ਦੀ ਵਰਤੋਂ ਨਹੀਂ ਇਹਦੇ 'ਚ ਹੈਗੀ ਜਿਹੜੀ, ਬਿਲਕੁਲ ਇੱਕ ਵੀ ਨਹੀਂ ਇੱਟ ਲੱਗੀ ਜੀ, ਇਹ ਇੱਟਾਂ ਨਹੀਂ ਲੱਗੀਆਂ, ਬਾਕੀ ਸੋਰਾ ਨਹੀਂ ਨਿਕਲਦਾ ਜੀ ਇਹ 'ਚੋਂ। ਜਿੱਥੇ ਮੇਨ ਸਮੱਸਿਆ ਤਾਂ ਸ਼ੋਰੇ ਦੀ ਹੈਗੀ ਕਿ ਉਹਦੇ ਕਰਕੇ ਜਿਹੜਾ ਬੜਾ ਰੰਗ ਨਹੀਂ ਸਹੀ ਲੈਂਦਾ ਜੀ,
ਤੇ ਬਾਕੀ ਘੱਟੋ ਘੱਟ 10-10 ਜਣੇ ਰੋਜ਼ ਵੇਖਣ ਆਉਂਦੇ ਆ ਜਿਹਨੂੰ ਪਤਾ ਲੱਗਦਾ ਉਹ ਕੋਲ ਵੇਖਣ ਆਉਂਦਾ ਜੀ ਕਿ ਹੈ ਕੋਈ ਜਿੱਥੋਂ ਆਪਾਂ ਬੇਸ ਬਣਾਇਆ ਇਹਦਾ ਜਾਂ ਥੱਲੇ ਆਪਾਂ ਨੀਂ ਚੱਕੀ ਆ ਕੋਈ ਉਹਦਾ ਥਾਂ ਕਿ ਆਪਾਂ ਹਾਂਜੀ ਹਾਂਜੀ ਅੱਜ ਸੁਣ ਦਰਸ਼ਕਾਂ ਨੂੰ ਵੀ ਦਿਖਾ ਸਕੀਏ ਕਿ ਹੈ ਕੀ ਹਨਾ ਹਾਂਜੀ ਅੱਜ ਸੁਣ ਦਿਖਾ ਮਤਲਬ ਬੜੇ ਲੋਕ ਹੁੰਦੇ ਆ ਦੇਖੋ ਘਰ ਬਣਾਉਣਾ ਜਿਹੜਾ ਕਹਿੰਦਾ ਹੁੰਦੇ ਕਿ ਬੰਦੇ ਦੀ ਹਰੇਕ ਵਿਅਕਤੀ ਦੀ ਜਿਹੜੀ ਇੱਕ ਇੱਛਾ ਹੁੰਦੀ ਆ ਲੇਕਿਨ ਇਹ ਇੱਕ ਵਾਰੀ ਬਣਦਾ ਇਹ ਵਾਰ-ਵਾਰ ਨਹੀਂ ਬਣਦੀਆਂ ਚੀਜ਼ਾਂ ਜਿਹੜੀਆਂ ਇਹ ਬੱਚਿਆਂ ਦੀ ਜ਼ਿੰਦਗੀ ਦਾ ਕੰਮ ਹੈ ਜੀ ਬਿਲਕੁਲ ਹੈ ਜਿਹੜਾ ਆਪਾਂ ਘਰ ਬਣਾਉਣੇ ਆ ਬੱਚਿਆਂ ਦੀ ਜ਼ਿੰਦਗੀ ਹੈ ਉਹਨਾਂ ਨੇ ਰਹਿਣਾ ਹੈ ਸੁੱਖ ਮੰਨਣਾ ਹੈ ਬਿਲਕੁਲ ਇਹ ਹੈ ਵੀਰ ਜੀ ਤੇ ਜਿਹੜਾ 3 ਫੁੱਟ ਪਰੜਾ ਹੈ ਇੰਨਾ ਹੀ ਅੰਦਰ ਨੂੰ ਹੈ ਇੰਨਾ ਹੀ ਬਾਹਰ ਨੂੰ ਆ ਗਿਆ ਹੈ ਠੀਕ ਹੈ 6 ਇੰਚ ਅੱਛਾ ਅੰਦਰ ਵੀ ਉਨਾ ਹੀ ਹੈ ਅੰਦਰ ਵੀ ਉਨਾ ਹੀ ਹੈ ਜੀ ਥੱਲੇ ਕਾਗਜ਼ ਪਾਇਆ ਹੋਇਆ ਵਿਸਲਾ ਆਉਣਾ ਇੱਥੋਂ 7 ਫੁੱਟ ਭਰਤ ਪਾ ਕੇ ਇੱਥੋਂ ਉੱਪਰੋਂ ਚੱਕਿਆ ਹੈ ਨਹੀਂ 3 ਲੱਖ ਰੁਪਏ ਘੱਟੋ ਘੱਟ ਥੱਲੇ ਭਰਤ ਦੇ ਵਿੱਚ ਹੀ ਠੀਕ ਹੈ ਜਿਹੜਾ ਵੇਸਟ ਜਾਣਾ ਸੀਗਾ ਉਹ ਨਹੀਂ ਜਾਂਦਾ ਇਹਦੇ ਚ अच्छा नी जी आप पढ़ते होंगे कि 7-8 फुट जी है वह नहीं तुसी कीती नहीं जी वह नहीं अच्छा सारे उपरों चक्या जी भरत के उपरों भरत की कटाई जरूर की है तो इस तरह नहीं गा भी यह बहजू वो गल नहीं मतलब वक्रे तौर दी है तो मतलब तो दसिया किने से कि यह आप बनाईए या थोड़ा अंदर भी आप चल के थोड़ा दिखा दो कि किस तरह का है ये साड़ी रिश्तेदारी है साधक अहल पिंड उत्थे मेरी भांजी वही है जी उन्होंने इस तो पहला कोठी बनाई सी वो कहिंदे भी मामा जी एक तो भी पंजाब चो वक्री चीज़ बन जूगी जिहड़ी पहला नहीं बनी वक्री है देखे कि लोग जो इट्टा का भी जो बनाते हैं तो मतलब स्पैशल ऑर्डर से भी इट्टा कटवाते लेकिन कुछ समय बाद जी भी खराब होनी शुरू हो जाती है शोरा जरा उन्होंने भी खा जाता है हाँ जी हाँ जी ये सारी फिर मोटाई जी है आ चीज आप देखिए ਜਿਹੜਾ ਇਹ ਹੈ ਹੀ ਇੰਨੀ ਇੰਨੀ ਸਾਰੀ ਹਾਂਜੀ ਹਾਂਜੀ ਕਿੰਨੇ ਇੰਚ ਹੈ ਇੰਨੀ ਹੈ ਜੀ 5 ਇੰਚ ਹੀ ਹੈ ਜੀ ਅੱਛਾ 5 ਇੰਚ ਇਹਦਾ ਫਿਰ ਉਵੇਂ ਹੀ ਹੈ ਜਿਵੇਂ ਆਪਾਂ ਛੱਤ ਤੇ ਆਪਾਂ ਹਾਂ ਲਾਈਟਰ ਆਪਣਾ ਆਰਸੀਸੀ 5 ਇੰਚ ਹੀ ਹੁੰਦਾ ਜੀ ਉਹੀ ਹੈ ਉਨੀ ਹੈ ਜੀ ਪਾਈਪਾਂ ਇਹਦੇ ਚ ਵਧੀਆ ਜਾਣੇ ਪਾਈਪਾਂ ਪਾਈਆਂ ਆਪਾਂ ਜਿਹੜੀਆਂ ਇਹ ਚਗਾਠਾਂ ਲੱਗੀਆਂ ਜੀ ਇਹ ਹਬੋਰ ਤੋਂ ਹੀ ਆਈਆਂ ਅੱਛਾ ਹਾਂ ਇਹ ਵੀ ਦੇਖਿਆ ਹੈਗਾ ਇਹ ਦੂਜੀਆਂ ਹੈਗੀਆਂ ਇਹ ਪੱਥਰ ਹੈ ਜੀ ਪੱਥਰ ਵਾਲੀਆਂ ਜਿਹੜੀਆਂ ਰਾਜਸਥਾਨ ਤੋਂ ਆਈਆਂ ਤਾਂ ਇਹ ਜੋਧਪੁਰ ਤੋਂ ਜੋਧਪੁਰ ਵਾਲੀਆਂ ਨਾ ਤੇ ਹੋਰ ਤੋਂ ਲੈਂਦੀਆਂ ਸੀ ਇਹ ਉਹ ਸਸਤੀਆਂ ਵੀ ਪੈਂਦੀਆਂ ਇਤੇ ਮਜ਼ਬੂਤ ਵੀ ਹੈ ਨਾ ਇਹਨਾਂ ਨੂੰ ਸੋਰਾ ਨਹੀਂ ਤੇ ਖਰਾਬ ਨਹੀਂ ਹੁੰਦੀਆਂ ਵੀ ਜੜੀਆਂ ਨਹੀਂ ਖਰਾਬ ਹੁੰਦੀਆਂ ਜੀ ਹੈ ਨਹੀਂ ਖਰਾਬ ਨਹੀਂ ਹੁੰਦੀਆਂ ਜੀ ਅੱਛਾ ਆਪਾਂ ਇੱਥੋਂ ਤਾਂ ਐਂਟਰੀ ਹੋ ਗਈ ਫਿਰ ਆ ਚੀਜ਼ ਅੱਛਾ ਆ ਲੌਬੀ ਹੋ ਗਈ ਇੱਥੇ ਹਾਂਜੀ ਇਹ ਲੌਬੀ ਹੋ ਗਈ ਜੀ ਇਹਦਾ ਡਰਾਇੰਗ ਰੂਮ ਹੋ ਗਿਆ ਜੀ ਤੇ ਇਹਦੀ ਫਿਰ ਜਿਹੜੀ ਛੱਤ ਆਪਾਂ ਜਿਹੜੀ ਆ ਜਿਹੜੀ ਇੱਥੋਂ ਲੌਬੀ ਦੀ ਕਰਦੇ ਆ ਹਾਂਜੀ ਇਹ ਫਿਰ ਕਿੰਨੀ ਹਾਈਟ ਤੇ ਰੱਖੀ ਆ ਵਾਲੀ ਕਿਹਦਾ ਵੀ ਕੋਈ ਹੈ ਇਹ ਜਿਹੜੀ ਪਹਿਲੀ ਇਹ ਤਾਂ 12 ਫੁੱਟ ਤੇ ਜੀ ਹਾਂ दूसरी जी दूसरी मंजिल है वह 10 फुट है जी अच्छा यानी इतों लेके ये 22 फुट होगी 22 फुट तो होगी जी हाँ जी 22 लॉबी वाली हाँ जी हाँ जी अच्छा सारे जी फिर बनाई ऐसे नहीं है सारी हाँ जी ये किचन आ गई इधर ये रूम आ गई फिर ऊपर भी ऐसे तरह ही है जड़ा नहीं उपर घट है जी उपर 800 स्क्वेयर फुट है थले 1400 है जी अच्छा ਉੱਪਰ ਇੱਕ ਰੂਮ ਹੈ ਤੇ ਬਾਕੀ ਇਸ ਤਰ੍ਹਾਂ ਬਣਿਆ ਪੂਜਾ ਰੂਮ ਬਣਿਆ ਜੀ ਇੱਕ ਲੈਟਰਿੰਗ ਬਾਥਰੂਮ ਬਣਿਆ ਜੀ ਆਪਾਂ ਉੱਪਰ ਚੱਲੀਏ ਹਾਂਜੀ ਭਾਈ ਵੀ ਜੀ ਤੁਸੀਂ ਦੱਸ ਰਹੇ ਸੀਗੇ ਕਿ ਮਤਲਬ ਮਿਕਸ ਇਹਦੇ ਵਿੱਚ ਕੀ ਕੀਤਾ ਹੈਗਾ ਇਹ ਚੀਜ਼ ਇਹਦੇ ਜਦੋਂ ਆਪਾਂ ਬਣਾਇਆ ਹੈ ਜਦੋਂ ਸਿਮੈਂਟ ਲਾਈ ਅਲਟਰਾਟੈਕ ਦਾ 43 ਗ੍ਰੇਡ ਸਰੀਆ ਕਾਮਤੇਨੂ ਦਾ ਬੱਜਰੀ ਤੇ ਬਰੇਤੀ ਇੱਕ ਜਿਹਨੂੰ ਘੱਗਰ ਆ ਪਟੋਕਾ ਕਹਿੰਦੇ ਨੇ ਇਹਨੂੰ ਕਈ ਸੈਂਡ ਕਹਿੰਦੇ ਆ ਕੋਈ ਵੱਖੋ ਵੱਖ ਉਹ ਤਿੰਨੇ ਚੀਜ਼ਾਂ ਇਹ ਹੀ ਸਰੀਆ ਤੇ ਸਿਮੈਂਟ ਮਜ਼ਬੂਤੀ ਇਹਦੀ ਇੰਨੀ ਹੈ ਸੋਨੂੰ ਆਪ ਵੀ ਦਿੰਦੀ ਹੈ ਤੇ ਸਾਨੂੰ ਆ ਕੇ ਆਪ ਵੀ ਦੱਸਦੇ ਆ ਜਿਹੜੇ ਆਉਂਦੇ ਆ ਦੇਖਣ ਆਉਂਦੇ ਆ ਉਹ ਵੀ ਦੱਸਦੇ ਆ ਵੀ ਬਹੁਤ ਮਜ਼ਬੂਤੀ ਹੈ ਬਾਕੀ ਉੱਪਰ ਦੇਖ ਲਓ ਜੇ ਤੁਸੀਂ ਉੱਪਰ ਵੀ ਤੁਹਾਨੂੰ ਦਿਖਾ ਦਿੰਦੇ ਇਹਦੇ 'ਚ ਦਿਮਾਗ 'ਚ ਕਿੱਥੋਂ ਆਇਆ ਕਿ ਆਪਾਂ ਬਣਾਉਣਾ ਇਸ ਤਰ੍ਹਾਂ ਦਾ दिमाग तो बहुत चिर का पहला ही सीगा जी भी कोई चीज़ जी बनाईए आप कोठी नवी बनाईए भी पिंड तो भी नवी हो पहला जो अं बना लगे किसी इतने पता ही नहीं भी इस तरह कोठी बन जाती है देखने बहुत आते की बनाई जाने जो बन गई उदों हूँ आपके रिश्तेदारों भी बुला जी अच्छा। साडे पिंड कोठी बनी है तुम वो वेखो आके बहुत आते बहुत 10-10 जने रोज देखने हाँ जी तो फिर महसूस किवें होंगे जो वेखण आ महसूस वधिया होंगे भी अपनी चीज़ है भी सारे कनेडा इंग्लैंड तो भी फोन आ जी आस्ट्रेलिया कनेडा इंग्लैंड तो रात को भी फोन आ मैं भी जो बच्चे अपने बाहर गए पंजाबी वो फोन करते हैं भी असं भी कोठी बना अच्छा तो मंगवा फिर फोटो भी हाँ जी हाँ जी अच्छा बहुत जी बहुत ये टाइम कदों शुरू किया कि हूँ तक कि टाइम हो गया टाइम तो
ਤਾਂ ਇਸ ਤਰ੍ਹਾਂ ਹੀ ਜੇ ਮੰਨ ਲਓ ਹੁਣ ਇਹ ਠੇਕੇਦਾਰ ਨਵੀਂ ਕੋਠੀ ਹੋਰ ਬਣਾਊਗਾ ਉਹ ਇਸ ਤੋਂ ਅੱਧਾ ਟਾਈਮ ਲੱਗੂਗਾ ਇਹਨੇ ਆ ਤੀਜੀ ਕੋਠੀ ਬਣੂਗੀ ਜਿਹੜੀ ਹੁਣ ਬਣੂਗੀ ਦੂਜੀ ਮੇਰੀ ਹੈ ਤੀਸਰੀ ਹੋਰ ਬਣੂਗੀ ਉਹਦੇ 'ਚ ਆਵਾਂ ਇਹਨੂੰ ਪਲੇਟਾਂ ਵੀ ਵੱਡੀਆਂ ਬਣਾ ਲੂਗਾ ਜਿਹੜਾ ਕੰਮ ਇਹਨੂੰ ਨੌਲੇਜ ਵੀ ਵੱਧ ਆ ਗਈ ਕੰਮ ਦੀ ਨੌਲੇਜ ਆ ਜਾਂਦੀ ਹੈ ਜਿਵੇਂ ਮੰਨ ਲਓ ਆਪਾਂ ਕੋਈ ਵੀ ਕੰਮ ਕਰਦੇ ਹਾਂ ਪਹਿਲੀ ਨੂੰ ਦੂਸਰੀ ਚੀਜ਼ ਦੀ ਨੌਲੇਜ ਤੀ ਉਦੋਂ ਤੀਸਰੀ ਦੀ ਉਹ ਚੀਜ਼ ਆ ਗਈ ਬਾਕੀ ਠੇਕੇਦਾਰ ਬਹੁਤ ਵਧੀਆ ਜੀ ਨਰਮ ਹੈ ਇਮਾਨਦਾਰ ਵੀ ਹੈ ਅਤੇ ਖਰਚਾ ਇਹਦਾ ਕੀ ਹੈ ਸਾਈਜ਼ ਕੀ ਹੈ ਕਿ ਜਿੱਥੇ ਤੁਸੀਂ ਜਿੰਨਾ ਬਣਾਇਆ ਜਿੰਨਾ ਵੜਿਆ ਜਿਹੜਾ ਹੁਣ ਇਹ ਹੈਗਾ ਜੀ 1600 ਥੱਲੇ ਹੈ ਅਤੇ 800 ਉੱਪਰ ਹੈ 2400 ਸਕੁਅਰ ਫੁੱਟ ਹੈ ਅੱਛਾ ਅਤੇ ਫਿਰ ਇੱਥੇ ਖਰਚਾ ਕਿੰਨਾ ਮੰਨਦੇ ਖਰਚਾ ਤਾਂ ਵੈਸੇ ਜੀ ਸਾਡੇ ਤਾਂ ਇੱਥੇ ਪਿੰਡ 'ਚ ਕਈ ਹਾਲੇ ਤੇਰਾ ਖਰਚਾ ਬਹੁਤ ਆ ਗਊ ਪਰ ਮੈਨੂੰ ਪਤਾ ਵੀ ਖਰਚਾ ਸੇਮ ਇੱਟਾਂ ਜਿੰਨਾ ਹੀ ਆਉਂਦਾ ਇੱਟ ਮਹਿੰਗੀ ਬਹੁਤ ਹੈ ਇੱਟ 9 ਇੰਚੀ ਕੰਧ ਕੱਢਾਂਗੇ ਤਾਂ ਵੀ ਇਹਦੇ ਜਿੰਨੀ ਮਜ਼ਬੂਤ ਨਹੀਂ ਹੁੰਦੀ ਇਹ 5 ਇੰਚੀ ਹੈ ਜੀ ਉਹ ਵੀ ਬਚਤ ਹੋ ਗਈ ਬਾਕੀ ਸਮਾਨ ਇੱਕੋ ਵਾਰੀ ਆ ਜਾਣਾ ਸਿਰਦਰਦੀ ਹੈ ਨਹੀਂ ਵੀ ਰੋਜ਼ ਮੈਨੂੰ ਸਮਾਨ ਲਿਆ ਕੇ ਦਿਓ ਠੇਕੇਦਾਰ ਕਹੂਗਾ ਜਿਵੇਂ ਮਿਸਤਰੀ ਕਰਦੇ ਹੁੰਦੇ ਆ ਕਹਿੰਦੇ ਜੀ ਮਿਸਤਰੀਆਂ ਦੇ ਬੁਲਾਉਣ ਤਾਂ ਜਿਹੜਾ ਆਪਦੀ ਮਰਜ਼ੀ ਨਾਲ ਬੁਲਾ ਲਓ ਪਰ ਜਾਂਦੇ ਫਿਰ ਉਹ ਆਪਦੀ ਮਰਜ਼ੀ ਨਾਲ ਖੱਜਲ ਖੁਆਰ ਬਹੁਤ ਕਰਦੇ ਹਾਂਜੀ ਨਹੀਂ ਉਹ ਚੀਜ਼ ਇਹਦੇ 'ਚ ਹੈ ਨਹੀਂ ਜੀ ਸਾਡੇ ਨਾਲ ਮਿਸਤਰੀ ਵੀ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਕੋਠੀ ਤਿਆਰ ਕਰ ਰਹੇ ਹੈਗੇ ਪਰਮਿੰਦਰ ਸਿੰਘ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਆਖਰ ਇਸ ਤਕਨੀਕ ਨੂੰ ਕਿੱਥੋਂ ਲਿਆਂਦਾ ਕਿੱਥੋਂ ਸੀ ਜਾਂ ਦਿਮਾਗ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆਪਾਂ ਘਰ ਜਾਂ ਕੋਠੀ ਵੀ ਬਣਾ ਸਕਦੇ ਹਾਂ ਅਤੇ ਇਹਦਾ ਸਾਨੂੰ ਜੀ ਪਿੰਡ ਡੈਲ ਤੋਂ ਸੀਗਾ ਬਾਈ ਪ੍ਰਗਟ ਸਿੰਘ ਉਹਨਾਂ ਨੇ ਗਾਈਡ ਕੀਤਾ ਸੀਗਾ ਜੀ ਉਹਨਾਂ ਨੇ ਕਿੰਨਾ ਲੈਂਦੇ ਮਕਾਨ ਬਣਾਉਣ ਅਤੇ ਸ਼ੁਰੂਆਤ ਕੀਤੀ ਸੀਗੀ ਇਹਦੀ RCC ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬਾਈ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਜਿਹੜਾ ਉੱਥੇ ਤੁਸੀਂ ਬਣਾਇਆ ਸੀਗਾ ਹਾਂਜੀ ਹਾਂਜੀ ਅੱਛਾ ਅਤੇ ਫਿਰ ਉਦੋਂ ਦਿੱਕਤ ਆਈ ਸੀ ਕਿ ਕਿਵੇਂ ਬਣਾਵਾਂਗੇ ਅਕਸਰ ਰਵਾਇਤੀ ਤੌਰ 'ਤੇ ਆਪਾਂ ਦੇਖੀਏ ਤਾਂ ਉਹੀ ਹੁੰਦਾ ਕਿ ਇੱਟਾਂ ਖੜੀਆਂ ਕਰਕੇ ਅਤੇ ਆਪਾਂ ਬਣਾ ਦਿੰਦੇ ਹਾਂ ਹਾਂਜੀ ਹਾਂਜੀ ਉਹਦੇ 'ਚ ਸ਼ਟਰਿੰਗ ਦੀ ਕੁਛ ਆਉਂਦੀ ਸੀਗੀ ਜੀ ਦਿੱਕਤ ਜਿਵੇਂ ਪਹਿਲਾਂ ਕੰਮ ਸ਼ੁਰੂ ਕਰਦੇ ਹਾਂ ਕੁਛ ਆਉਂਦੀਆਂ ਮੁਸ਼ਕਲਾਂ ਅਤੇ ਪਰ ਇਹਦੇ 'ਚ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਹਾਂਜੀ ਇਹ ਸੌਖਾ ਫਿਰ ਬਣਾਉਣਾ ਉਹ ਤੋਂ ਕਿ ਕਿਵੇਂ ਨਹੀਂ ਜੀ ਉਹਦੇ ਨਾਲ ਥੋੜ੍ਹੀ ਮਿਹਨਤ ਵੱਧ ਲੱਗਦੀ ਹੈ ਜੀ ਇਹਦੇ 'ਚ ਹਾਂਜੀ ਅਤੇ ਫਿਰ ਇਹਦਾ ਸਕੁਏਅਰ ਜਿਹੜਾ ਤੁਸੀਂ ਲੈਣੇ ਹੈਗੇ ਰੇਟ ਜਿਹੜਾ ਲੈਣੇ ਹੈਗੇ ਅਤੇ ਉਹ ਵੀ ਫਿਰ ਜ਼ਿਆਦਾ ਹੀ ਲੈਣੇ ਹੈ ਕਿ ਕਿਵੇਂ ਨਹੀਂ ਉਹਦੇ ਨਾਲ ਕੁਛ ਫਰਕ ਆ ਜੀ ਇਹਦੇ ਰੇਟ ਦਾ ਇਹਦਾ 200 ਤੋਂ ਸਵਾ 200 ਰੁਪਈਏ ਤੱਕ ਹੈ ਜੀ ਰੇਟ ਅੱਛਾ ਸਕੁਏਅਰ ਫੁੱਟ ਜਿਹੜਾ ਤੁਸੀਂ ਲੈਣੇ ਹਾਂਜੀ ਹਾਂਜੀ ਸਕੁਏਅਰ ਫੁੱਟ ਜੀ ਤਾਂ ਫਿਰ ਕੀ ਇਹਦੇ 'ਚ ਮੇਲ ਕੀ ਯੂਜ਼ ਹੁੰਦਾ ਜਿਹੜਾ ਖਾਸ ਤੌਰ 'ਤੇ ਜਿਹੜਾ ਇਹਦੇ 'ਚ ਜੋ ਆਪਾਂ ਲੈਂਟਰ 'ਚ ਪਾਉਂਦੇ ਹਾਂ ਜੀ ਮਿਕਸਚਰ ਉਹੀ ਕੰਕਰੀਟ ਦਾ ਲੈਂਟਰ ਵਾਲਾ ਹੀ ਇਹਦੇ 'ਚ ਕੰਧਾਂ 'ਚ ਪਾਈ ਜਾਂਦੇ ਹਾਂ ਜੀ ਹਾਂਜੀ ਅਤੇ ਫਿਰ ਪਲੇਟਾਂ ਵੀ ਉਹੀ ਵਰਤਦੇ ਹਾਂ ਜਿਹੜੀਆਂ ਲੈਂਟਰ ਵਾਲੀਆਂ ਜਿਹੜੀਆਂ ਹਾਂਜੀ 2-4 ਦੀ ਪਲੇਟ ਵਰਤਦੇ ਹਾਂ ਜੀ ਮੰਨ ਲਓ ਉਹਦੇ 'ਚ ਵੀ 35 ਤੋਂ 40 ਕੁਇੰਟਲ ਪੈ ਜਾਂਦਾ ਜੀ ਸਰੀਆ ਅਤੇ ਇਹਦੇ 'ਚ ਆਪਣਾ ਹੋ ਗਿਆ ਜੀ 2500 ਤੋਂ 2600 ਸਕੁਏਅਰ ਫੁੱਟ ਬਣ ਜਾਂਦਾ ਜੀ ਦੋਨੋਂ ਇਹਨਾਂ 'ਚ ਆਪਣਾ 60 ਕੁਇੰਟਲ ਪੈ ਗਿਆ ਜੀ ਸਰੀਆ ਹਾਂਜੀ ਚਲੋ ਇਹ ਤਾਂ ਮਜ਼ਬੂਤੀ ਦੇ ਨਾਲ ਹੈ ਹੈ ਨਾ ਹਾਂਜੀ ਹਾਂ ਅਤੇ ਪਲੰਬਰ ਵੀ ਸਾਡੇ ਨਾਲ ਆ ਕਿ ਅਕਸਰ ਹੀ ਲੋਕ ਸੋਚਦੇ ਹੋਣੇ ਕਿ ਜੇਕਰ ਆਪਾਂ ਇਸ ਤਰ੍ਹਾਂ ਦਾ RCC ਦੇ ਨਾਲ ਤਿਆਰ ਜਿਹੜਾ ਮਕਾਨ ਘਰ ਜਾਂ ਕੋਠੀ ਬਣਾਉਂਦੇ ਹਾਂ ਤਾਂ ਪਲੰਬਰਿੰਗ ਜਿਹੜੀ ਹੈਗੀ ਉਹ ਬਹੁਤ ਔਖੀ ਹੁੰਦੀ ਹੋਵੇਗੀ ਅਤੇ ਉਹਨਾਂ ਤੋਂ ਗੱਲ ਕਰਦੇ ਹਾਂ ਜਗਜੀਤ ਸਿੰਘ ਹਾਂਜੀ ਜਗਜੀਤ ਜੀ ਕੀ ਹਾਲ ਹੈ ਠੀਕ ਹੈ ਜੀ ਫਿਰ ਤੁਸੀਂ ਪਲੰਬਰ ਦਾ ਕੰਮ ਕਰ ਰਹੇ ਹੋ ਇੱਥੇ ਅਤੇ ਇਹ ਤਾਂ ਫਿਰ RCC ਦੀ ਹੈ ਪੂਰੀ ਪਰ ਆਮ ਜਿਹੜੇ ਘਰਾਂ 'ਚ ਆਪਾਂ ਦੇਖਦੇ ਹਾਂ ਕਿ ਇੱਟਾਂ ਵਾਲੀ 'ਚੋਂ ਝਿਰੀ ਮਾਰ ਕੇ ਆਪਾਂ ਪਾਉਂਦੇ ਹਾਂ ਅਤੇ ਇਹਦੇ 'ਚ ਫਿਰ ਕਿਵੇਂ ਪਾਈਆਂ ਜਿਹੜੀਆਂ ਪਾਈਪਾਂ ਇਹ ਚੀਜ਼ ਅਸੀਂ ਪਹਿਲਾਂ ਹੀ ਸਰਗੇ ਨਾਲ ਹੀ ਬੰਨਤੀਆਂ ਸੀ ਜੀ ਅੱਛਾ ਸਾਰਾ ਉਵੇਂ ਵੀ ਉਹਦੇ ਝਿਰੀ ਪਾਉਣੀ ਪੈਂਦੀ ਹੈ ਆਪਾਂ ਪਹਿਲਾਂ ਹੀ ਬੰਦ ਕਰਤਾ ਜੀ ਸਰ ਉਹ ਵੀ ਥੋੜ੍ਹਾ ਆਪਾਂ ਕੋਲ ਤਾਂ ਖੜ੍ਹਨਾ ਪੈਂਦਾ ਜੇ ਵੀ ਵਾਈਬ੍ਰੇਟਰ ਮਾਰਦੇ ਆ ਵੀ ਉਦੋਂ ਪੈਪ ਉਹਦਾ ਉਦੋਂ ਤਾਂ ਡੈਕ ਉਹ ਦੇਖਣਾ ਪੈਂਦਾ ਮਤਲਬ ਇਹਦੇ 'ਚ ਬਾਅਦ 'ਚ ਜੇ ਆਪਾਂ ਸੋਚੀਏ ਕਿ ਕੋਈ ਪਾਈਪ ਪਾਣੀ ਆ ਉਹ ਨਹੀਂ ਪਾ ਸਕਦੇ ਫਿਰ ਹਾਂ ਬਾਅਦ 'ਚ ਨਹੀਂ ਪਹਿਲਾਂ ਹੀ ਹੋ ਪਊ ਸਰ ਇਹ ਤਾਂ ਫਿਰ ਬੜਾ ਸੋਚ ਸਮਝ ਕੇ ਵਾਲਾ ਕੰਮ ਹੈ ਕਿ ਜਿੱਥੇ ਜਿੱਥੇ ਆਪਾਂ ਕੋਈ ਪੁਆਇੰਟ ਦੇਣੇ ਆ ਪਾਣੀ ਦੇ ਕਿ ਪਹਿਲਾਂ ਹੀ ਸੋਚਣਾ ਪਊਗਾ ਬਾਅਦ 'ਚ ਆਪਾਂ ਨਹੀਂ ਕੁਛ ਕਰ ਸਕਦੇ ਉਹ ਤਾਂ ਨਕਸ਼ੇ ਦੇ ਹਿਸਾਬ ਨਾਲ ਜਿਵੇਂ ਪਹਿਲਾਂ ਦਿੱਤੇ ਉਵੇਂ ਦਿੱਤੇ ਆ ਬਾਕੀ ਬਿਜਲੀ ਦਾ ਵੀ ਆਪਾਂ ਹੀ ਕੀਤਾ ਬਿਜਲੀ ਦਾ ਵੀ ਸਾਰਾ ਨਾਲ ਬਿਜਲੀ ਦੇ ਵੀ ਫਿਰ ਪੁਆਇੰਟ ਇਵੇਂ ਪਹਿਲਾਂ ਹਾਂ ਉਵੇਂ ਹੀ ਪਹਿਲਾਂ ਹੀ ਕੀਤੇ ਸੀ ਸਾਰੇ ਅਤੇ ਪੁਰਾਣੇ ਤਾਂ ਹੁੰਦੇ ਸੀਗੇ ਕਿ ਉੱਤੇ ਫੱਟੀ ਲਾਈ ਅਤੇ ਉੱਤੇ ਹੀ ਕਣਕ ਕਿੱਲਾਂ ਠੋਕੀਆਂ 'ਤੇ ਬਣਾ ਦਾ ਪਹਿਲਾਂ ਸੀ ਹੁਣ ਤਾਂ ਜੀ ਬਹੁਤ ਉਹਦਾ ਚਿਰ ਔਖਾ ਹੈਗਾ ਵਾਲਾ ਫਿਰ ਇਹਦੇ ਵਿੱਚ ਹਾਂ ਇਹ ਤਾਂ ਦਿੱਕਤ ਤਾਂ ਆਉਂਦੀ ਹੈ ਜਿਵੇਂ ਵੀ ਹੁਣ ਵੀ ਕਈ ਵਾਰੀ ਪੈਪ ਨਾਲ ਪੱਟੀ ਜਾਵੇ ਉਹਦਾ ਕੋਲ ਤਾਂ ਰੁਕਣਾ ਹੀ ਪੈਂਦਾ ਉਹਨਾਂ ਦੇ ਊਂ ਵੀ ਉਹਦੇ ਨਾਲ ਊਂ ਵੀ ਸਹੀ ਆ ਦੂਜੇ ਨੂੰ ਕਿਉਂ ਉਹ 'ਚ ਦਿੱਕਤ ਆ ਜਾਂਦੀ ਆਪਾਂ ਨੂੰ ਲਿਖਣ ਲੁਕਣ ਦੀ ਇਹ 'ਚ ਉਹ ਨਹੀਂ ਆਈ ਸਾਰਾ ਅਸੀਂ ਕੀਤਾ ਵਧੀਆ ਸਰ ਅਤੇ ਫਿਰ ਹੁਣ ਇਹਦੇ ਵਿੱਚ ਤੁਸੀਂ ਸਾਰੀਆਂ ਪਾਈਪਾਂ ਜਿਹੜੀਆਂ ਪਾਤੀਆਂ ਇਹ ਚੈੱਕ ਕਰ ਲਈਆਂ ਹਾਂ ਚੱਲੀ ਜਾਂਦਾ ਪਾਣੀ ਦੀ ਸਪਲਾਈ ਵੀ ਚੱਲਦੀ ਹੈ ਲਾਈਟ ਦੀ ਵੀ ਅੱਧੀ ਚਲਾਤੀ ਆਪਾਂ ਉਹ ਵੀ ਸਹੀ ਚੱਲਦੀ ਹੈ ਹੋਰ ਕੋਈ ਦਿੱਕਤ ਨਹੀਂ ਅਤੇ ਜੇਕਰ ਮਾੜੀ ਮੋਟੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਫਿਰ ਉਹਨੂੰ ਕਿਵੇਂ ਕਰ ਆਪਾਂ ਠੀਕ ਕਰ ਸਕਦੇ ਹਾਂ ਅਤੇ ਉਹ ਤਾਂ ਐਂ ਤਾਂ ਪੱਟ ਕੇ ਹੋ ਜੂਗੀ
अच्छा पट्टिया जाता है तो हो जू ठीक हो कटर कुटर यूज करते हैं फिर हाँ बाकी तो आई जो आ भी जाए तो हो जूगी सैट कोई नहीं ये तो पहला ही है कि आप मतलब टाइम चाहे एक दिन या दो दिन जड़े है आम दिनों तो ना वध ला लीए लेकिन वो आप बड़े ध्यान रखने वाली गल जी पता की है जो पहला पलंबर काम करता आपका उदो सही काम हो गया तो मगर बाद च नहीं दिक्कत आती मेन तो जोड़ा की गल होंगी है लीक जो है जोड़ ही होना पाइपा तो होंगे नहीं इन्हों पहले ही कहा जोड़ वधिया इन्होंने आप दे कोई कसर नहीं छी तो उ साढ़े अगे आ गया सामने क्योंकि सारी चेक कर ली पानी चेक कर लिया तारा पा के वेख लिया कितने कोई दिक्कत नहीं आई जी बाकी आप पाइप वधिया पाई है अच्छा कई पाइप सस्ती पा दें उस दिक्कत आ जाने पाइप वधिया आप फिनोलिक्स दी लिया के पाई है वधिया वो सर जो सोरा ये नहीं खेड़ा छड़ता ये तो 6 महीने भी नहीं पैंदा 6 महीने तो पहले रंग लैन लग पैंदा है उदो बंदे दा मन बहुत मन दुखी हुंदा है भी आप रुपये भी लाए तो अपन हाँ वो गल भी नहीं बनी ये चीज़ा तो जाने इस चीज़ का बहुत फायदा है क्योंकि सोरा नहीं निकलना जी जे जेब जी चीज़ हैगी जी रहनी है तो सीधा ही मेरे ख्याल पट्टी भर के रंग हो जूगा हाँ जी हाँ जी वाल पट्टी भर के रंग हो जाऊ हाँ जी हाँ जी ये तो बहुत सफाई आनी है जी ये तो हम मान लो तुम आ गए ठीक है बहुत वधिया काम किया चैनल का भी बहुत वधिया काम है ये जिहड़ा भी तुम पहलियां च आके ये ले लिया जी बाद च वाल पट्टी हो जाती फिर तुम्हें आ नहीं दिसना सीगा पता भी नहीं लगना सी कि इतना की बनी है कि RCC बनी है हुण तो अखा के सामने है भी RCC कोठी बनी है बनी भी मजबूत है तो ये तो किसी को कहने की लोड़ नहीं क्योंकि पढ़िया पढ़िया लिखा जवाना जी हुण हर एक बंदे नूं पता है भी RCC का इटां का किन्ना फर्क है अपना लैक्टर है जी लैक्टर नूं किन्ना भन्नी जो नहीं टुटता कस्सी का पौला उन्होंने किन्ना भन्नी जो खंभा है जी खंभे च ट्रालियां ही वजदियाँ तां भी नहीं टुटता एक खंभे की तरह बन गई जी जिमें अपने खंभे नहीं खड़े जी 100-100 साल के वो चीज़ ये बन गई छोरे का तो यह है कि जिन्ना मर्जी आप नहरी पानी भी वरत लीए फिर भी वो आ ही जाता है हाँ जी हाँ जी आता ही है जी हुण साढ़े सामने ही है आ सारे घर वेखे है सोरा जो 6-6 महीने हो गए बने उन्होंने सोरा निकलिया पे है गल ये जो बहरला इतों एरिया रखे जो ओपन का हाँ जी ये फिर किमें मैं इन्ना रखे है यार वेख्या अक्सर ही जो थोड़े थोड़े ही होंगे जो ज्यादा हाँ जी ये तो वैसे ना जी त करके रख लिया भी खुला एक उपर बहना भी है कोई प्रोग्राम है तो भी उपर बह सकते हैं ता करके असी खुला रख लिया नहीं तो ऊँ घटना भी सर सकता है वैसे आपकी मर्जी ने वध रख लिया तो फिर जी इतने आप प्लेटा लाने जिम्मे निशान है इतने फिर प्लेट लगती है जो आप बनाने जरा इतने हाँ जी ये 2-4 दिन प्लेटा लग रही है बहर तो 2-4 दिन अंदर हूँ जाने जो हूँ ठेकेदार कोठी बनाऊ 4-4 दिन ला बनाऊगा अच्छा भी कम वध नहीं बढ़ूगा जी फिर होगा ये जरा इतों जोड़ नज़र आता फिर जोड़ नहीं नज़र आना हाँ फिर उन्नी स्पेस ज़्यादा वही होगा हाँ जी ये जोड़ तो मर जाने जोड़ तो होना अपन दीजिए हजे वाल पट्टी होगी तो सारे जोड़ फिर तो प्लस्तर तो नहीं नहीं प्लस प्लस्तर नहीं होना प्लस्तर की कोई अच्छा फिर वो खर्चा भी बजूगा हाँ जी हाँ जी तो फिर सारे नूं आपां देखिए तो कुल मिला के जिहड़ी गल है कि खर्चा भी इहदे ते घट है मजबूती भी ज़्यादा है हाँ जी हाँ जी सेफ्टी पक्षों भी जिहड़ा सेफ्टी पक्षों भी बहुत वधिया जिहड़ा वाला तो सारी फिर जी कंधा जिहड़ियां तुसीं कीतियां ये भी जिहड़ियां इसे दियां करतियां RCC दियां हाँ जी हाँ जी नहीं बाहरली जिहड़ी वलगण मारिया है हाँ बाहरला जिहड़ा हैगा वो भी असीं RCC करना सी हुण पछताउणे आ भी क्यों इटां लाईआं क्योंकि उहना सोरा बहुत निकलिया है नहीं लोग बड़े उपराले करते हैं कोशिशां बड़िया करते हैं कि वो आप इबली का पानी मार दें कि छोरा कट जूगा पर कोई असर नहीं नहीं करता नहीं हाँ। करता जी मतलब मेन तो ये है कि जे किसी ने बनानी है जी कोठी अज के टाइम तक कर है तो वो तकनीक जी आ ही अपनावे हाँ जी नवी तकनीक तो है नवी तकनीक है मजबूत भी है तकनीक भी नवी है ये होर कितने बनी है कोई पंजाब देखिए होर हैगी फरीदकोट जिले अहल पिंड साधक कोल अहल पिंड है उत्थे बनी है जी ते मिस्त्री भी जिहड़ा कित्थों लिआंदा सीगा मिस्त्री इही सीगा जी अच्छा जिहड़ा परमिंदर सिंह है परमिंदर सिंह जी अच्छा हाँ जी ते फिर इहदी दस कित्थों पई सीगी दस तो फिर वो रिश्तेदार सी जिन्हां ने बनाई सी जी पहला अच्छा पहला बनाई है वो मैनू कहिंदे वी मामा जी कहिंदे जे कोठी बनाउणी है तूं साडे नाल दी बना वी गांह बच्चिआं दी जिंदगी दा कम है वी इहदी 100 साल मनिआ ते इत्तां दी 10 साल मनिआ ते उहनां नूं किन्ना चिर हो गया बणाए नूं ਉਹਨੂੰ ਹੋ ਗਏ 4 ਸਾਲ 4.5 ਸਾਲ ਦੇਖ ਕੇ ਆਏ ਉਸੇ ਤਰ੍ਹਾਂ ਜੀ ਕਿਤੇ ਨਹੀਂ ਸੋਰਾ ਉਹਦੇ ਨਿਕਲਿਆ ਕਿਤੋਂ ਨਹੀਂ ਰੰਗ ਲੱਤਾ 4 ਸਾਲ ਹੋ ਗਏ ਕੋਈ ਤੋਂ ਨਹੀਂ ਰੰਗ ਲੱਤਾ ਜੀ ਉਹਦੇ ਚਲੋ ਤੇ ਠੰਡ ਮਹਿਸੂਸ ਹੁੰਦੀ ਵਿੱਚ ਬਹਿ ਕੇ ਉਹਦੇ ਹਾਂ ਇਹ ਸਭ ਤੋਂ ਵੱਡੀ ਜ਼ਰੂਰੀ ਹੈ ਜਿਹੜਾ ਬੰਦੇ ਨੂੰ ਵਿੱਚ ਬਹਿ ਕੇ ਕੋਠੀ 'ਤੇ ਸ਼ਾਂਤੀ ਮਿਲੇ ਸਹੀ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਜੀ ਘਰ ਉਸੇ ਨੂੰ ਕਹਿ ਦਿੰਦੇ ਨੇ ਜੀ ਹਾਂਜੀ ਹਾਂਜੀ ਉਹੀ ਘਰ ਜਿੱਥੇ ਸ਼ਾਂਤੀ ਬੰਦੇ ਨੂੰ ਮਿਲੇ ਹਾਂਜੀ ਤੇ ਸੋ ਦਰਸ਼ਕੋ ਤੁਸੀਂ ਦੇਖਿਆ ਸੁਖਦੇਵ ਸਿੰਘ ਬਰਾੜ ਜਿਨ੍ਹਾਂ ਨੇ
अबलू कोटली दे वेच्चे जड़ी कोठी बना रहे हैगे वो किस तकनीक ना बनाई है कि जड़ी आपां छत पाउने हैं RCC उस तकनीक दे नाल उन्होंने दीवारां भी कढ़ियां हैगियां सब कुछ जे बाहरली दीवार की गल करिए तो वह भी उन्होंने RCC की कढ़ी है कि इहदी जड़ी मजबूती हैगी बहुत ज़्यादा समय तक की हैगी इट्टां की जड़ी म्याद हुंदी है वह घट है मेनली जिहड़ी प्रॉब्लम हुंदी आ शोरे दी है कि उहदे करके जिहड़ा हैगा पूरी कोठी चाहे आपां करोड़ां रुपया ला दईए लेकिन शोरे करके जिहड़ा हैगा उह जिहड़ा पैसा हैगा लग्गिया नज़र ही नहीं आउंदा ते उह बेरंग नज़र आउंदी हैगी ते आपां बाई होरां तों इहनां दा नंबर भी लै लांगे जिन्हां ने इहनां दे नाल संपर्क करना जां कोई इहनां दे नाल विचार वटांदरा करना है कि किस तरह हैगी ये जिन्हां ने कोई कोठी या घर जिन्हां ने नवां बनाना हैगा वह भी इहनां दे नाल गल कर सकदे आ तां आपां इहनां दा नंबर भी पुछ लैने बाई जी नंबर भी एक बार तुसीं दस दो कि नंबर है तुहाडा तां जो लोग जिहड़े आ तुहाडे नाल संपर्क कर सकदे मेरा फोन नंबर हैगा 9872-69-040 वट्सअप नंबर हैगा 9456-56-0446 सो तुहानू ये वीडियो किवें लगी है ये तुसी कमेंट बॉक्स सानू जरूर दस्या जे जिथे असी लोकां दे नाल जिहड़े गायक हैगे या होर चीज़ां जिहड़ियां हैगियां सभ्याचार नाल जुड़ियां वो वीडियोज़ भी तुहाडे नाल तुहाडे सामने लैके आउने हैं अज असी ये शुरुआत भी की है कि कुछ असी नवीं कोठियां जिहड़ी जिन्हों आपां कह सकीए कि सभ्याचार दे नाल जुड़ियां हैगियां या फिर नवीं तकनीक नाल जिहड़ियां कोठियां बन रही हैगियां वो भी तुहाडे तक जिहड़ियां लैके आईए तां जो तुसी भी इन्हां नूं वेख के इस वीडियो नूं देख के तुसी भी जानकारी जिहड़ी एकत्र कर सको ते जदों भी तुसी घर या अपनी कोठी बनाओ तां इस तकनीक दा जिहड़ा प्रयोग कर सकदे हैं सो अज दी वीडियो दे विच इन्ना ही होर वीडियोज़ दे नाल तुहाडे सामने पेश होवांगे उदों तक मैनू ते मेरे सहयोगी संदीप सोखल नूं दिओ इजाज़त धन्नवाद